मथा लावे तो दीदी आंदी जेडी तेरे ना कटी जांदी आ लै मैं कट गई हां सूट मेरा जी नहीं लगना तेरे कम कौन कुटू ते मेरा कहना दिल लग जू तेरे बिना चल मैं सूट प्रेस कर दी हां नाले मैं दीदी नु देखा मेरी फेयरवेल दी तैयारी किथों तक पहुंची छोड़ो मेरे सूट नु बटरी बैठा चाहिदा परफ्यूम ला दे ओ ठीक है बेबे मैं परफ्यूम भी ला दूं इहदे वट भी कट दूं मेरा तो बस करदा मैं प्रेस ले आके ना तेरी आ गल्ला दे वट ने जेड़े वो भी कट दवां मैं जा फेशियल करके फ्लैट कर देना मैं दीदी एदा कुड़ी इतनी खबरी है मैनू पूरी खबरी करता दीदी ओ दीदी फिर तू कहना दीदी ने मेनू टोस्ट नहीं खवाए ते तेरी नींद बिच ही रहनी सी फिर दीदी एक गल पूछा तू जेड़ी भी गल करती इतनी सीरियस होके क्यों करती है कोई हस भी लिया कर कदे जिदा पहला इना चीन झाड़ा पाई रखदी सी जिम्मेवारियां दा बोझ पै जांदा सिर ते हासे तां किधरे उड पुड जांदे ने लै मैं तां नहीं अपने व्याह तों बाद अपने हासे उड्डन दिंदी तू भी इत्थे आ तां मैं भी इत्थे ही हां देख ली देख तां आ हासे हुस्सिया दे चक्कर च ना तैनूं आपदे व्याह दा चा चढ़िया होया चल आ कर तैयारी फिर तूं बाद च रोला भी पाउणा दीदी ने मैनूं टोस्ट नहीं खवाई गल हो गई बेबे तुसी आ अखा जे भरी बैठे हो आ टोस्टा दे विच मिर्च वाली सी या कोई होर गल आ मैं अखा टा भर गया वे अज तेरी भैन ने जाना है वे ओदे बिना मेरा जी नहीं लगना तू ता जग्गो अनोखी हुई आ बेबे मैं आम बहुत सारे घरां च देखिया वी जदों नौ दीयां भैणां आउंदियां ने ना ता उहनां दे मुंह दे 12 बज जांदे ने ਤੇ ਫਿਰ ਸਾਰਾ ਟੱਬਰ ਮੌਕਾ ਖੁੰਝਣ ਨਹੀਂ ਦਿੰਦੇ ਆਪਦੀ ਨੌ ਤੇ ਉਹਦੀ ਭੈਣ ਦੀ ਬੇਇੱਜ਼ਤੀ ਕਰਨ ਦਾ ਤੇ ਤੂੰ ਤੂੰ ਅੱਜ ਮੇਰੀ ਭੈਣ ਨੇ ਜਾਣਾ ਆ ਤੇ ਤੂੰ ਆਪ ਹੀ ਰੋਈ ਜਾਨੀ ਆ ਜਿਹੜਾ ਕੰਮ ਮੈਂ ਕਰਨਾ ਆ ਉਹ ਤੂੰ ਕਰੀ ਜਾਨੀ ਆ ਤੇਰਾ ਕਿਹੜਾ ਦਿਲ ਹੀ ਘਟਦਾ ਮੈਨੂੰ ਪਤਾ ਹੈ ਮੈਂ ਤਾਂ ਤੈਨੂੰ ਤਾਂ ਬੁਲਾਇਆ ਸੀ ਤੇਰੀ ਭੈਣ ਨੇ ਜਾਣਾ ਉਹਨੂੰ ਦੇਣਾ ਲੈਣਾ ਕੀ ਹੈ ਦੇਣਾ ਲੈਣਾ ਕੀ ਆ ਹੱਥ ਤਾਂ ਪਹਿਲੇ ਹੀ ਇੰਨਾ ਪੈਸੇ ਵੱਲਿਓ ਟਾਈਟ ਹੋਆ ਤੇ ਉੱਪਰੋਂ ਉਹਨ ਮੈਡਮ ਨੇ ਇੰਨੀਆਂ ਫਰਮੈਸ਼ਾਂ ਪਾਤੀਆਂ ਵੀ ਮੈਂ ਆ ਲੈਣਾ ਉਹਦਾ ਵੀ ਦਿਲ ਤੋੜਨ ਨੂੰ ਦਿਲ ਨਹੀਂ ਕਰਦਾ ਬੇਬੇ ਸਮਝ ਨਹੀਂ ਲੱਗਦੀ ਕੀ ਕਰਾਂ ਸਮਝਣ ਨੂੰ ਕੀ ਹੈ ਜਿਹੜਾ ਤੂੰ ਸੋਚਦੀ ਹੈ ਮੈਨੂੰ ਵੀ ਪਤਾ ਹੈ ਆ ਦਿਵਾਲੀ ਚੋਂ ਪੈਸੇ ਲੈ ਕੱਢ ਜਿਹੜੇ ਮੇਰੇ ਜੋੜੇ ਹੋਏ ਨੇ
ਕੁੜੀ ਨੂੰ ਸਾਰੀਆਂ ਚੀਜ਼ਾਂ ਲੈ ਕੇ ਦੇ ਉਹਨਾਂ ਚਾਅ ਪੂਰਾ ਕਰ ਦੇ। ਸ਼ਾਬਾਸ਼ ਮੈਂ ਵਾਰੀ ਜਾਵਾਂ ਤੁਹਾਡੇ ਤੇ ਤਾਂ ਵੱਡੀ ਬੇਬੇ ਦੇ। ਤੁਸੀਂ ਤਾਂ ਮੈਨੂੰ ਇੱਕ ਝਟਕੇ ਚ ਪਰਾਈ ਕਰਕੇ ਸਿੱਟਦਾ। ਪਰਾਈ ਨਹੀਂ ਕੀਤਾ ਅੰਬਿਕਾ, ਇਹ ਸਾਰੇ ਕਾਰ ਵਿਹਾਰ ਕਰਨੇ ਵੀ ਤਾਂ ਜ਼ਰੂਰੀ ਹੁੰਦੇ ਆ। ਕੋਈ ਜ਼ਰੂਰੀ ਨਹੀਂ ਹੁੰਦੇ ਦੀਦੀ। ਤੂੰ ਬਹੁਤੀ ਬੇਬੇ ਨਾ ਬਣਾ, ਮੇਰੇ ਨਾਲੋਂ ਜ਼ਿਆਦੀ ਨਹੀਂ ਤੂੰ। ਉਹ ਤਾਂ ਤੇਰੀ ਗੱਲ ਠੀਕ ਹੈ ਬੇਬੇ, ਮੈਂ ਤਾਂ ਇੱਥੇ ਖੁਸ਼ੀਆਂ ਵਧਾਉਣ ਆਈ ਸੀ, ਟੈਨਸ਼ਨ ਥੋੜਾ ਬਾਣ ਆਈ ਸੀ। ਪਰ ਮੈਨੂੰ ਤਾਂ ਇਹ ਲੱਗਦਾ ਕਿ ਮੈਨੂੰ ਆ ਚੀਜ਼ਾਂ ਦੇਣ ਦੇ ਚੱਕਰ 'ਚ ਮੈਂ ਤਾਂ ਤੁਹਾਨੂੰ ਟੈਨਸ਼ਨ 'ਚ ਹੀ ਪਾਤਾ। ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਗਈ ਅਮਰੀਕਾ। ਉਹ ਬੇਬੇ ਅਮਰੀਕਾ ਨਹੀਂ ਅੰਬਿਕਾ, 15 ਦਿਨ ਹੋ ਗਏ ਮੈਨੂੰ ਤੇਰੇ ਨਾਲ ਮੱਥਾ ਮਾਰਦੀ ਨੂੰ। ਮੇਰਾ ਨਾਮ ਅਮਰੀਕਾ ਨਹੀਂ ਅੰਬਿਕਾ। ਕਾਸ਼ ਸਾਰੇ ਹੀ ਘਰਾਂ ਦੇ ਵਿੱਚ ਨੂੰਹ ਦੇ ਪੇਕੇ ਪਰਿਵਾਰ ਭੈਣਾਂ ਭਾਈਆਂ ਨੂੰ ਅਜਿਹਾ ਪਿਆਰ ਤੇ ਸਤਿਕਾਰ ਮਿਲੇ ਨਾ, ਤਾਂ ਘਰ ਦੇ ਵਿੱਚ ਖੁਸ਼ੀਆਂ ਦੀ ਬਹਾਰ ਆ ਜਾਏਗੀ, ਬਾਰਿਸ਼ ਹੋ ਜਾਊਗੀ। ਤੇ ਜੇਕਰ ਤੁਹਾਨੂੰ ਸਾਡੀ ਇਹ ਫਿਲਮ ਪਸੰਦ ਆਈ ਹੈ ਤਾਂ ਇਹਨੂੰ ਦੱਬ ਕੇ ਸ਼ੇਅਰ ਕਰੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਯਾਦ ਰੱਖਣਾ ਸਾਡਾ ਚੈਨਲ ਅਤੇ ਪੇਜ ਕਿਹੜਾ ਹੈ? ਮਿਸਟਰ ਮਿਸਿਸ ਬੇਲਦੀ। ਸਤਿ ਸ੍ਰੀ ਅਕਾਲ ਦੋਸਤੋ, ਅਸੀਂ ਤੁਹਾਡੇ ਰਿਣੀ ਆ ਕਿ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਮਿਸਟਰ ਮਿਸਿਸ ਬਿਰਦੀ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਮਿਸਟਰ ਮਿਸਿਸ ਬਿਰਦੀ ਤੁਹਾਨੂੰ ਦੇਣ ਜਾ ਰਹੇ ਨੇ ਇੱਕ ਸੁਨਹਿਰੀ ਮੌਕਾ। ਜੇ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਆ, ਤੁਸੀਂ ਕੋਈ ਅਦਾਕਾਰ ਹੋ ਜਾਂ ਤੁਹਾਡੀ ਆਵਾਜ਼ ਸੁਰੀਲੀ ਹੈ ਜਾਂ ਕਹਾਣੀਕਾਰ ਹੋ ਤੇ ਜਾਂ ਕਿਸੇ ਅਦਾਕਾਰ ਦੇ ਕਿੱਤੇ ਨਾਲ ਸੰਬੰਧ ਰੱਖਦੇ ਹੋ, ਸਾਡੇ ਨਾਲ ਸੰਪਰਕ ਕਰੋ ਕਿਉਂਕਿ ਅਸੀਂ ਤੁਹਾਡੇ ਸਾਰੇ ਸ਼ੌਂਕ ਪੂਰੇ ਕਰਾਂਗੇ। ਹੁਣ ਮੈਂ ਤੁਹਾਨੂੰ ਇੱਕ ਨੰਬਰ ਦੇਣ ਜਾ ਰਿਹਾ, ਇਹਦੇ ਤੇ ਤੁਸੀਂ ਸਾਨੂੰ ਆਪਣੀ ਪ੍ਰੋਫਾਈਲ ਤੇ ਬਾਇਓਡਾਟਾ ਸੈਂਡ ਕਰਨਾ। ਨੰਬਰ ਲਿਖੋ 8196000151 ਤੇ ਪੰਜਾਬੀ ਵਾਲੇ ਵੀ ਸੁਣ ਲਓ 8196900051 ਤੇ ਇਹ ਜਿਹੜਾ ਨੰਬਰ ਆ ਇਹਦੇ ਤੇ ਸਿਰਫ ਤੁਸੀਂ ਮੈਸੇਜ ਕਰਨਾ, ਇਹਦੇ ਤੇ ਫੋਨ ਕਾਲਸ ਵਗੈਰਾ ਕੋਈ ਵੀ ਨਹੀਂ ਕਰਨੀਆਂ। ਸਤਿ ਸ੍ਰੀ ਅਕਾਲ ਦੋਸਤ।